ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਆਪਣੇ ਰਾਹੇ ਰਾਹਾ ਜਾ ਰਹੇ ਸਨ ਤਾਂ ਗਯਾ ਨਾਮੀ ਰਾਖਸ਼ ਦੇ ਤੀਰਥ ਦੇ ਸਥਾਨ ਤੇ ਪਹੁੰਚ ਗਏ। ਗਯਾ ਇੱਕ ਬਹੁਤ ਵੱਡੀ ਦੇਹ ਵਾਲਾ ਰਾਖਸ਼ ਸੀ। ਉਸਨੇ ਪ੍ਰਭੂ ਦੀ ਘੋਰ ਤਪੱਸਿਆ ਕੀਤੀ ਸੀ। ਬ੍ਰਹਮਾ ਤੇ ਵਿਸ਼ਨੂੰ ਪ੍ਰਸੰਨ ਹੋ ਕੇ ਉਸ ਨੂੰ ਵਰ ਦੇਣਾ ਚਾਹੁੰਦੇ ਸਨ। ਉਸਨੇ ਵਰ ਮੰਗਿਆ ਕਿ ਜਿਹੜਾ ਮੇਰੇ ਦਰਸ਼ਨ ਕਰੇ ਉਹ ਮੁਕਤ ਹੋ ਜਾਏ। ਉਸਨੂੰ ਵਰ ਦੇ ਦਿੱਤਾ ਤਾਂ ਉਹ ਰਾਖਸ਼ ਸਾਰੇ ਦੇਸ਼ਾਂ ਵਿੱਚ ਘੁੰਮਣ ਲੱਗਾ। ਜਿਹੜਾ ਵੀ ਉਹਦੇ ਦਰਸ਼ਨ ਕਰੇ ਉਹ ਹੀ ਮੁਕਤ ਹੋ ਜਾਂਦਾ ਸੀ। ਇਸ ਤਰ੍ਹਾਂ ਸਾਰਾ ਸਵਰਗ ਆਮ ਵਿਅਕਤੀਆਂ ਨਾਲ ਭਰ ਗਿਆ। ਧਰਮਰਾਜ ਨੇ ਫਿਰ ਬ੍ਰਹਮਾ ਅਤੇ ਵਿਸ਼ਨੂੰ ਪਾਸ ਬੇਨਤੀ ਕੀਤੀ। ਉਹਨਾਂ ਨੇ ਕੋਈ ਦੇਵਤਿਆਂ ਨੂੰ ਗਯਾ ਰਾਖਸ਼ ਦੇ ਪਾਸ ਭੇਜਿਆ। ਉਹਨਾਂ ਨੇ ਗਯਾ ਸੁਰ ਤੋਂ ਉਸਦਾ ਸਰੀਰ ਮੰਗ ਲਿਆ। ਉਸਨੇ ਆਪਣਾ ਸਰੀਰ ਦੇਵਤਿਆਂ ਨੂੰ ਦੇ ਦਿੱਤਾ ਅਤੇ ਦੇਵਤਿਆਂ ਨੇ ਉਸ ਸਰੀਰ ਨੂੰ ਗਯਾ ਵਾਲੇ ਸਥਾਨ 'ਤੇ ਦੱਬ ਦਿੱਤਾ। ਦਿਆਲੂ ਸਤਿਗੁਰੂ ਜੀ ਦੀ ਅਦਭੁਤ ਲੀਲਾ ਹੈ। ਪਿਆਰ ਨਾਲ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ ਬਾਂਬਣੀ ਘਾਟ 'ਤੇ ਡੇਰਾ ਕਰ ਲਿਆ ਅਤੇ ਘੋੜੇ 'ਤੇ ਚੜ੍ਹ ਕੇ ਜਾ ਕੇ ਫਲਗੂ ਨਦੀ, ਜਿਸ ਦੇ ਕਿਨਾਰੇ ਗਯਾ ਹੈ, ਉਸ ਨੂੰ ਜਾ ਵੇਖਿਆ। ਉਸ ਖੇਤਰ ਦੇ ਬ੍ਰਾਹਮਣ ਇਕੱਠੇ ਹੋ ਕੇ ਜੰਝੂ ਦੀ ਭੇਟਾ ਲੈ ਕੇ ਮਿਲੇ ਅਤੇ ਉਸ ਖੇਤਰ ਦੇ ਮਹਾਤਮ ਨੂੰ ਭਲੀ ਪ੍ਰਕਾਰ ਉਚਾਰਨ ਕੀਤਾ। ਬ੍ਰਾਹਮਣਾਂ ਨੇ ਦਾਨ ਪੁੰਨ ਅਤੇ ਹੋਰ ਤੀਰਥ ਦੇ ਵਿਹਾਰ ਬਾਰੇ ਸਭ ਪ੍ਰਕਾਰ ਉਚਾਰਨ ਕੀਤਾ। ਇੱਥੇ ਇਸ਼ਨਾਨ ਕਰੋ ਅਤੇ ਗਯਾ ਵਿਖੇ ਪਿੰਡ ਭਰਾਵੋ ਅਤੇ ਸਵਰਗੀ ਆਪਣੇ ਪਿਤਰਾਂ ਨੂੰ ਤ੍ਰਿਪਤ ਕਰੋ। ਇਹ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਤੁਸੀਂ ਇਸ ਤੀਰਥ ਦੇ ਮਹਾਤਮ ਨੂੰ ਨਹੀਂ ਜਾਣਦੇ ਹੋ। ਫਲਗੂ ਦਰਿਆ ਵਿੱਚ ਜਿਹੜਾ ਆਪਣੇ ਚਰਨ ਧਰਦਾ ਹੈ ਉਹਨਾਂ ਦੇ ਪਿਤਰਾਂ ਦਾ ਉਧਾਰ ਹੋ ਜਾਂਦਾ ਹੈ। ਦੇਵਤੇ ਤ੍ਰਿਪਤ ਹੋ ਕੇ ਜੈਕਾਰੇ ਬੁਲਾਉਂਦੇ ਹਨ ਅਤੇ ਸਾਰੇ ਪਾਪਾਂ ਨੂੰ ਦੂਰ ਕਰ ਦਿੰਦੇ ਹਨ। ਇਹ ਸੁਣ ਕੇ ਸਾਰੇ ਬ੍ਰਾਹਮਣ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਤੁਸੀਂ ਵਿਸ਼ਨੂੰ ਦੇ ਅਵਤਾਰ ਹੋ। ਜੇ ਤੁਸੀਂ ਸ਼ਰਾਧ ਵਾਲਾ ਕਾਰਜ ਨਹੀਂ ਕਰੋਗੇ ਫਿਰ ਕੋਈ ਵੀ ਇਹ ਰੀਤੀ ਨਹੀਂ ਕਰੇਗਾ ਅਤੇ ਸਾਥੋਂ ਉਲਟ ਗੱਲ ਹੋ ਜਾਏਗੀ। ਨਾ ਕੋਈ ਸ਼ਰਾਧ ਮਨਾਵੇਗਾ ਅਤੇ ਨਾ ਹੀ ਕੋਈ ਸਾਨੂੰ ਧਨ ਦੇਵੇਗਾ ਅਤੇ ਕੋਈ ਵੀ ਇੱਥੇ ਆ ਕੇ ਸ਼ਰਾਧ ਨਹੀਂ ਕਰੇਗਾ। ਸਾਡੀ ਜੀਵਕਾ ਵਿਗੜ ਜਾਏਗੀ ਜਿਹੜੀ ਪਹਿਲਾਂ ਤੋਂ ਪਰਮ ਉੱਤਮ ਮਰਿਆਦਾ ਧਾਰਨ ਕੀਤੀ ਹੋਈ ਹੈ। ਤੁਹਾਡੇ ਵਾਸਤੇ ਇਸ ਤਰ੍ਹਾਂ ਕਰਨਾ ਉਚਿਤ ਨਹੀਂ। ਸਾਰੀ ਧਰਤੀ 'ਤੇ ਧਰਮ ਸਥਾਪਿਤ ਕਰੋ। ਬ੍ਰਾਹਮਣਾਂ ਦੀ ਅਜਿਹੀ ਬੇਨਤੀ ਸੁਣ ਕੇ ਗੁਰੂ ਜੀ ਉਸ ਤਰ੍ਹਾਂ ਹੀ ਕਰਨ ਲੱਗੇ ਜਿਵੇਂ ਉਹ ਕਹਿੰਦੇ ਸਨ। ਫਿਰ ਘੋੜੇ ਤੋਂ ਥੱਲੇ ਉੱਤਰ ਆਏ ਅਤੇ ਫਲਗੂ ਨਦੀ ਵਿੱਚ ਇਸ਼ਨਾਨ ਕਰਨ ਲੱਗੇ। ਸਾਰੇ ਬ੍ਰਾਹਮਣਾਂ ਨੂੰ ਫਿਰ ਗੁਰੂ ਜੀ ਨੇ ਮੁੱਖ ਤੋਂ ਕਿਹਾ, ਮੰਗ ਲਓ ਜੋ ਵੀ ਤੁਸੀਂ ਚਿੱਤ ਵਿੱਚ ਆਉਂਦੇ ਹੋ। ਬ੍ਰਾਹਮਣ ਵੰਸ਼ ਦੇ ਇਹ ਗੱਲ ਸੁਣ ਕੇ ਬੋਲੇ, ਸਾਨੂੰ ਆਪਣਾ ਸਾਰਾ ਸਮਾਨ ਹੀ ਦੇ ਦਿਓ। ਤਦ ਸਤਿਗੁਰੂ ਜੀ ਨੇ ਹਿਰਦੇ ਵਿੱਚ ਇਹ ਗੱਲ ਵਿਚਾਰੀ ਕਿ ਇਹ ਸਾਰੇ ਮੰਗਦੇ ਹਨ, ਜੀ ਦਾਨ ਦੀ ਸਾਰ ਨਹੀਂ ਜਾਣਦੇ ਹਨ। ਜਿੰਨੇ ਵੀ ਪਾਸ ਪਦਾਰਥ ਸਨ ਸਭ ਦਾਨ ਕਰ ਦਿੱਤੇ। ਇੱਕ ਹੱਥ ਦਾ ਸਾਫਾ ਆਪਣੇ ਪਾਸ ਰੱਖਿਆ। ਪਾਲਕੀਆਂ, ਘੋੜੇ, ਰੱਥ ਅਤੇ ਸਾਰਾ ਧਨ ਲੈ ਕੇ ਬ੍ਰਾਹਮਣਾਂ ਨੇ ਬਹੁਤ ਪ੍ਰਸੰਨ ਹੋ ਕੇ ਉੱਚੀ ਉੱਚੀ ਜੈਕਾਰੇ ਬੁਲਾਏ। ਕਾਫੀ ਸਮਾਂ ਬੀਤਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ, ਇਸ ਸਾਰੇ ਜਗਤ ਵਿੱਚ ਗੁਰੂ ਜੀ ਦੀ ਬਹੁਤ ਵਡਿਆਈ ਹੈ। ਇਹਨਾਂ ਪਾਸੋਂ ਇੰਨਾ ਧਨ ਦੌਲਤ
ਅਤੇ ਸਾਜ਼ੋ ਸਮਾਨ ਪ੍ਰਾਪਤ ਕੀਤਾ ਹੈ। ਉਹ ਚਿੱਤ ਵਿੱਚ ਆਪਣੇ ਆਪ ਨੂੰ ਕੁਝ ਵੀ ਵੱਡਾ ਨਹੀਂ ਜਾਣਦੇ ਹਨ। ਇਹਨਾਂ ਪਾਸੋਂ ਹੁਣ ਐਸੇ ਪੱਤਰ ਲਿਖਵਾ ਲਈਏ ਜਿਸ ਤਰ੍ਹਾਂ ਸਾਡੀ ਸੰਤਾਨ ਸਦਾ ਹੀ ਇਸ ਤਰ੍ਹਾਂ ਧੰਨ ਲੈਂਦੀ ਰਹੇ। ਜਿੰਨੀ ਵੀ ਤੁਹਾਡੀ ਜਗਤ ਵਿੱਚ ਸੰਗਤ ਹੈ, ਅਸੀਂ ਸਭ ਪਾਸੋਂ ਦਾਨ ਲੈਣ ਦੇ ਅਧਿਕਾਰੀ ਹੋਈਏ। ਇਹ ਸਲਾਹ ਕਰਕੇ ਸਤਿਗੁਰੂ ਜੀ ਦੇ ਪਾਸ ਆਏ, ਤੁਹਾਡੀ ਜਿੱਤ ਹੋਵੇ। ਇਹ ਆ ਕੇ ਸੁਣਾਇਆ, ਹੇ ਗੁਰੂ ਜੀ, ਜੋ ਕੁਝ ਅਸੀਂ ਮੰਗਿਆ ਹੈ ਉਹ ਆਪ ਜੀ ਨੇ ਦੇ ਦਿੱਤਾ ਹੈ ਅਤੇ ਅਸੀਂ ਲੈ ਲਿਆ ਹੈ। ਤੁਹਾਡੀ ਸਾਰੀ ਸੰਗਤ ਸਾਨੂੰ ਦਾਨ ਦਿਆ ਕਰੇਗੀ, ਇੱਕ ਦਿਨ ਮਹਾਨ ਪੱਤਰ ਵਿੱਚ ਲਿਖ ਕੇ ਸਾਨੂੰ ਦੇ ਦਿਓ। ਇਹ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ, ਜੋ ਤੁਸੀਂ ਪਹਿਲਾਂ ਮੰਗਿਆ ਸੀ ਉਹ ਤੁਸੀਂ ਪਾ ਲਿਆ ਹੈ। ਹੁਣ ਲੋਭ ਲਾਲਚ ਛੱਡ ਕੇ ਸੰਤੋਖ ਕਰੋ ਅਤੇ ਆਪਣੇ ਧਰਮ ਨੂੰ ਦੋਸ਼ ਰਹਿਤ ਰੱਖੋ। ਬ੍ਰਾਹਮਣਾਂ ਦਾ ਜਿਹੜਾ ਇਹ ਮੁੱਖ ਧਰਮ ਹੈ, ਉਸ ਤਰ੍ਹਾਂ ਹੀ ਲਾਭ ਪਾ ਕੇ ਉਹ ਸੰਤੁਸ਼ਟ ਹੋ ਜਾਣੇ ਚਾਹੀਦੇ ਹਨ। ਇਸ ਕਰਕੇ ਜਿੰਨਾ ਵੀ ਤੁਹਾਡੇ ਭਾਗਾਂ ਵਿੱਚ ਸੀ ਉਹਨਾਂ ਤੁਸੀਂ ਪਹਿਲਾਂ ਹੀ ਮੰਗ ਲਿਆ ਹੈ। ਫਿਰ ਮਾਲਕ ਗੁਰੂ ਜੀ ਚੁੱਪ ਹੋ ਗਏ ਅਤੇ ਪ੍ਰਸ਼ਾਦਾ ਛੱਕ ਕੇ ਰਾਤ ਬਤੀਤ ਕੀਤੀ। ਉਸ ਸਥਾਨ ਵਿਖੇ ਸਭਨਾਂ ਨੂੰ ਯਥਾ ਯੋਗ ਕਰਕੇ ਫਿਰ ਸਤਿਗੁਰੂ ਜੀ ਘੋੜੇ 'ਤੇ ਸਵਾਰ ਹੋ ਕੇ ਚੱਲ ਪਏ। ਸਾਰੇ ਡੇਰੇ ਵਾਲੇ ਫਿਰ ਨਾਲ ਤਿਆਰ ਹੋ ਕੇ ਅੱਗੇ ਚਲੇ ਜਾ ਰਹੇ ਸਨ। ਬੜਾ ਪ੍ਰੇਮ ਧਾਰ ਕੇ ਜਿਹੜੇ ਰਾਹ ਵਿੱਚ ਮਿਲਦੇ ਸਨ ਉਹ ਸਹਿ ਸੁਭਾਅ ਹੀ ਕਲਿਆਣ ਪ੍ਰਾਪਤ ਕਰ ਲੈਂਦੇ ਸਨ। ਜਿਵੇਂ ਸੂਰਜ ਨੂੰ ਵੇਖ ਕੇ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਜਿਵੇਂ ਅੱਗ ਦੇ ਨੇੜੇ ਠੰਡ ਨਹੀਂ ਰਹਿੰਦੀ ਹੈ। ਗੁਰੂ ਜੀ ਪਟਨੇ ਨਗਰ ਦੇ ਨੇੜੇ ਆ ਗਏ ਅਤੇ ਇੱਕ ਸਿੱਖ ਦੇ ਘਰ ਚਲੇ ਗਏ। ਉਸ ਸਿੱਖ ਦਾ ਨਾਮ ਜੈਤਾ ਸੇਠ ਸੀ। ਉਹ ਘਿਓ ਵਿੱਚ ਤਲ ਕੇ ਪਕਵਾਨ ਤਿਆਰ ਕਰਕੇ ਆਪਣੀ ਹੱਟੀ 'ਤੇ ਬੈਠਦਾ ਸੀ। ਉਹ ਵੇਸਣ ਪਾ ਕੇ ਪੂਰੀਆਂ ਤਿਆਰ ਕਰਦਾ ਸੀ। ਜਿਹੜਾ ਵੀ ਗੁਰੂ ਦਾ ਸਿੱਖ ਮਿਲਦਾ ਸੀ ਉਸਦੇ ਸਾਹਮਣੇ ਅਰਪਣ ਕਰਦਾ ਸੀ। ਉਹ ਆਲਮਗੰਜ ਦੇ ਇਲਾਕੇ ਵਿੱਚ ਰਹਿੰਦਾ ਸੀ ਅਤੇ ਸਦਾ ਹਲਵਾਈ ਦੀ ਦੁਕਾਨ ਕਰਦਾ ਸੀ। ਪਰ ਆਪਣੇ ਹਿਰਦੇ ਦੀ ਅੰਤਰਾਤਮਾ ਨੂੰ ਦਿਨ ਰਾਤ ਗੁਰੂ ਜੀ ਦੇ ਧਿਆਨ ਵਿੱਚ ਲਾ ਰੱਖਦਾ ਸੀ। ਉਹ ਕਮਜ਼ੋਰ ਦੀਨ ਬਣ ਕੇ ਰਹਿੰਦਾ ਸੀ ਅਤੇ ਉਸਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਲੋਭ ਜਾਂ ਅਹੰਕਾਰ ਨਹੀਂ ਪੈਦਾ ਹੁੰਦਾ ਸੀ। ਉਸਨੂੰ ਕਿਸੇ ਨੇ ਵੀ ਇਸ਼ਨਾਨ ਕਰਦੇ ਨੂੰ ਨਹੀਂ ਸੀ ਵੇਖਿਆ ਅਤੇ ਹਰ ਵੇਲੇ ਮੈਲੇ ਵਸਤਰ ਸਰੀਰ 'ਤੇ ਧਾਰਨ ਕਰ ਛੱਡਦਾ ਸੀ। ਜੇ ਤੁਰਦਿਆਂ ਫਿਰਦਿਆਂ ਕੋਈ ਗੁਰੂ ਜੀ ਦਾ ਸਿੱਖ ਮਿਲ ਜਾਂਦਾ ਸੀ ਤਾਂ ਉਸਦੇ ਚਰਨਾਂ 'ਤੇ ਆਪਣਾ ਸਿਰ ਝੁਕਾਉਂਦਾ ਸੀ, 5 ਪੂੜੀਆਂ ਉਸਨੂੰ ਭੇਟ ਕਰਦਾ ਸੀ ਅਤੇ ਫਿਰ ਦੋਵੇਂ ਹੱਥ ਜੋੜ ਕੇ ਵਿਦਾ ਕਰਦਾ ਸੀ। ਉਸਦੀ ਕੋਈ ਵੀ ਮਹਿਮਾ ਨਹੀਂ ਸੀ ਜਾਣਦਾ ਅਤੇ ਉਹ ਮੌਨ ਧਾਰ ਕੇ ਸਤਿਗੁਰੂ ਜੀ ਦਾ ਸਿਮਰਨ ਕਰਦਾ ਸੀ। ਉਹ ਇਸ ਜਗਤ ਪਸਾਰੇ ਨੂੰ ਝੂਠ ਜਾਣਦਾ ਸੀ। ਇਹ ਜਗਤ ਉਸਨੂੰ ਸੱਚਾ ਨਹੀਂ ਸੀ ਲੱਗਦਾ, ਸਭ ਪਸਾਰੇ ਨੂੰ ਨਾਸ਼ਵਾਨ ਜਾਣਦਾ ਸੀ। ਇੱਕ ਦਿਨ ਗੁਰੂ ਜੀ ਦੀ ਸੰਗਤ ਵਿੱਚੋਂ ਕੁਝ ਮਨੁੱਖ ਉਸਨੂੰ ਬੜੇ ਪ੍ਰੇਮ ਸਹਿਤ ਪੁੱਛਣ ਲੱਗੇ, ਹੇ ਸੇਠ ਜੀ, ਦੱਸੋ ਤੁਸੀਂ ਇਸ਼ਨਾਨ ਕਿਉਂ ਨਹੀਂ ਕਰਦੇ ਹੋ ਅਤੇ ਸਰੀਰ ਉੱਤੇ ਕੱਪੜੇ ਬਹੁਤ ਮੈਲੇ ਪਾਉਂਦੇ ਹੋ? ਜੈਤਾ ਸੇਠ ਉਹਨਾਂ ਨੂੰ ਕਹਿਣ ਲੱਗਾ, ਜੇ ਤੁਸੀਂ ਸਾਰੀ ਕਿਰਿਆ ਵੇਖਣੀ ਚਾਹੁੰਦੇ ਹੋ ਤਾਂ ਇੱਕ ਦਿਨ ਮੇਰੇ ਘਰ ਵਿੱਚ ਰਹੋ, ਤੁਹਾਨੂੰ ਕਹਿਣਾ ਨਹੀਂ ਪਵੇਗਾ, ਆਪਣੇ ਆਪ ਵੇਖ ਲਓਗੇ ਜਿਵੇਂ ਮੈਂ ਵਿਸ਼ੇਸ਼ ਇਸ਼ਨਾਨ ਕਰਦਾ ਹਾਂ। ਇਹ ਸੁਣ ਕੇ ਦੋ ਸਿੱਖ ਉਸਦੇ ਘਰ ਰਹੇ। ਰਾਤ ਸਮੇਂ ਜੈਤੇ ਸੇਠ ਨੂੰ ਸਾਰੀ ਕਿਰਿਆ ਕਰਦੇ ਵੇਖਿਆ, ਆਪਣੀ ਦੁਕਾਨ ਤੋਂ ਉੱਠ ਕੇ ਘਰ ਆ ਬੈਠਾ ਅਤੇ ਸੁਖਦਾਈ ਨਾਮ ਦਾ ਸਿਮਰਨ ਕਰਨ ਲੱਗਾ। ਜਦ ਇੱਕ ਪਹਿਰ ਰਾਤ ਬਾਕੀ ਰਹੀ, ਸੇਠ ਜੀ ਉੱਠ ਪਏ ਹਨ। ਇਹ ਮਨ ਵਿੱਚ ਜਾਣ ਲਿਆ, ਫਿਰ ਜਲ ਨਾਲ
ਸੌਚ ਆਚਾਰ ਕੀਤਾ ਤਾਂ ਉਸ ਸਮੇਂ ਗੰਗਾ ਨਦੀ ਉਹਨਾਂ ਦੇ ਘਰ ਆਈ। ਇੱਕ ਵੱਡਾ ਹੌਜ ਬਣਿਆ ਸੀ, ਉਹ ਉਸੇ ਸਮੇਂ ਨਿਰਮਲ ਜਲ ਨਾਲ ਭਰ ਗਿਆ। ਉਹਨਾਂ ਸਿੱਖਾਂ ਦੇ ਵੇਖਦਿਆਂ ਜੈਤੇ ਸੇਠ ਨੇ ਗੰਗਾ ਦੇ ਜਲ ਨਾਲ ਇਸ਼ਨਾਨ ਕੀਤਾ ਅਤੇ ਫਿਰ ਸੁਖਦਾਇਕ ਨਾਮ ਦਾ ਸਿਮਰਨ ਕਰਨ ਲੱਗਾ। ਸਵੇਰ ਹੋਣ ਤੱਕ ਉਸ ਥਾਂ ਸਿਮਰਨ ਕਰਦਾ ਬੈਠਾ ਰਿਹਾ। ਉਹਨਾਂ ਸਿੱਖਾਂ ਨੇ ਜੈਤੇ ਸੇਠ ਦੇ ਸਾਰੇ ਕਰਮ ਕਾਰਜ ਨੂੰ ਵੇਖਿਆ। ਸੰਗਤ ਵਿੱਚ ਇਹ ਗੱਲ ਪ੍ਰਗਟ ਹੋ ਗਈ, ਜੈਤੇ ਸੇਠ ਦੀ ਵੱਡੀ ਵਡਿਆਈ ਹੈ। ਸ਼੍ਰੀ ਗੰਗਾ ਮਾਤਾ ਜਿਸਦੇ ਘਰ ਤੁਰ ਕੇ ਜਾਂਦੀ ਹੈ ਅਤੇ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਵਾ ਦਿੰਦੀ ਹੈ। ਉਹ ਸਿੱਖ ਗੁਰੂ ਜੀ ਦੀ ਉਡੀਕ ਕਰ ਰਿਹਾ ਸੀ, ਕਾਹਦ ਆ ਕੇ ਆਪਣੇ ਸ਼ੁਭ ਦਰਸ਼ਨ ਦੇਣਗੇ। ਮੇਰੇ ਹੱਥਾਂ ਦਾ ਤਿਆਰ ਕੀਤਾ ਹੋਇਆ ਪਕਵਾਨ ਮੇਰੇ ਘਰ ਵਿੱਚ ਬੈਠ ਕੇ ਛਕਣ। ਗੁਰੂ ਜੀ ਦੇ ਬਹੁਤ ਗੁਣ ਸੁਣ ਕੇ ਹਰ ਵੇਲੇ ਉਹਨਾਂ ਦੀ ਇੰਤਜ਼ਾਰ ਕਰਦਾ ਰਹਿੰਦਾ ਸੀ, ਦਿਨ ਰਾਤ ਹਿਰਦਾ ਪ੍ਰੇਮ ਨਾਲ ਭਰਿਆ ਰਹਿੰਦਾ ਸੀ। ਜੈਤੇ ਸੇਠ ਦੀ ਗਤੀ ਨੂੰ ਜਾਣ ਕੇ ਸਤਿਗੁਰੂ ਭਗਵਾਨ ਜੀ ਉਸਦੇ ਘਰ ਪਹੁੰਚ ਗਏ। ਪ੍ਰੇਮ ਦੀ ਡੋਰ ਨਾਲ ਜਿੱਥੋਂ ਜਿੱਥੋਂ ਵੀ ਖਿੱਚ ਪੈਂਦੀ ਸੀ ਤੁਰੰਤ ਉੱਥੇ ਉੱਥੇ ਗੁਰੂ ਜੀ ਪਹੁੰਚ ਜਾਂਦੇ ਸਨ। ਦੀਨ ਦਿਆਲੂ ਗੁਰੂ ਜੀ ਦਾ ਬੜਾ ਉੱਤਮ ਸੁਭਾਅ ਹੈ, ਜਿੱਥੇ ਵੀ ਪ੍ਰੇਮ ਪਰਖਦੇ ਹਨ ਤੁਰੰਤ ਜਾ ਕੇ ਮਿਲ ਪੈਂਦੇ ਹਨ, ਗੁੱਝੇ ਹਿਰਦੇ ਦੀ ਗਤੀ ਨੂੰ ਸਮਝ ਲੈਂਦੇ ਹਨ ਅਤੇ ਗੁਰੂ ਜੀ ਹਰ ਇੱਕ ਦੇ ਦਿਲ ਦੀ ਗੱਲ ਜਾਣਦੇ ਹਨ। ਪੂਰਨ ਗੁਰੂ ਜੀ ਪਟਨੇ ਨਗਰ ਦੇ ਅੰਦਰ ਪ੍ਰਵੇਸ਼ ਕਰ ਗਏ ਅਤੇ ਉਹਨਾਂ ਨੇ ਪਟਨੇ ਸ਼ਹਿਰ ਦੀਆਂ ਸੁੰਦਰ ਦੁਕਾਨਾਂ ਨੂੰ ਵੇਖਿਆ। ਅੰਦਰ ਬਾਹਰ ਬੜੇ ਸੁੰਦਰ ਘਰ ਸਨ, ਬਹੁਤ ਧਨੀ ਲੋਕ ਪ੍ਰਗਟ ਰੂਪ ਵਿੱਚ ਵੱਸਦੇ ਸਨ, ਅਨੇਕ ਪ੍ਰਕਾਰ ਦੇ ਮਕਾਨ ਉਸਾਰੇ ਗਏ ਸਨ। ਸਤਿਗੁਰੂ ਜੀ ਸਭ ਮਕਾਨਾਂ ਨੂੰ ਵੇਖਦੇ ਚਲੇ ਜਾ ਰਹੇ ਸਨ। ਫਿਰ ਆਲਮਗੰਜ ਵਿੱਚ ਪਹੁੰਚ ਗਏ ਅਤੇ ਜੈਤੇ ਸੇਠ ਦੇ ਘਰ ਦੇ ਅੰਦਰ ਚਲੇ ਗਏ। ਆਪਣੇ ਸੇਵਕਾਂ ਦੀ ਆਸ ਪੂਰੀ ਕਰਦੇ ਹਨ ਅਤੇ ਲੋਕ ਪ੍ਰਲੋਕ ਦਾ ਦਿਲਾਸਾ ਦਿੰਦੇ ਹਨ। ਜਦ ਘਰ ਦੇ ਅੰਦਰ ਜਾ ਕੇ ਘੋੜੇ ਤੋਂ ਉਤਰੇ, ਜੈਤਾ ਸੇਠ ਇਹ ਸੁਣ ਕੇ ਉਸੇ ਵੇਲੇ ਆਇਆ। ਉਹ ਪ੍ਰੇਮ ਵਿੱਚ ਇੰਨਾ ਮਗਨ ਸੀ ਕਿ ਗੁਰੂ ਜੀ ਬਾਰੇ ਪਤਾ ਲੱਗਣ 'ਤੇ ਦੌੜਦਾ ਹੋਇਆ ਆਇਆ ਅਤੇ ਗੁਰੂ ਜੀ ਨੂੰ ਵੇਖ ਕੇ ਉਹਨਾਂ ਦੇ ਚਰਨ ਕਮਲਾਂ 'ਤੇ ਮੱਥਾ ਟੇਕਿਆ, ਆਦਰ ਨਾਲ ਬੜਾ ਸੁੰਦਰ ਪਲੰਗ ਡੁਹਾਇਆ ਅਤੇ ਦਿਲ ਵਿੱਚ ਪ੍ਰਸੰਨਤਾ ਨਾਲ ਭਰ ਕੇ ਗੁਰੂ ਜੀ ਨੂੰ ਪਲੰਗ ਉੱਤੇ ਬਿਠਾਇਆ। ਆਪਣੇ ਹੱਥਾਂ ਨਾਲ ਮਿੱਠੇ ਤਲੇ ਹੋਏ ਪਕਵਾਨ ਤਿਆਰ ਕਰਕੇ ਸਤਿਗੁਰੂ ਜੀ ਦੇ ਅੱਗੇ ਲਿਆ ਰੱਖੇ। ਹੋਰ ਬਹੁਤ ਭੋਜਨ ਤਿਆਰ ਕਰਵਾਏ ਅਤੇ ਸਾਰੇ ਡੇਰੇ ਨੂੰ ਛਕਾ ਦਿੱਤੇ। ਸਾਰੇ ਵਾਹਣਾਂ ਨੂੰ ਘਰ ਦੇ ਅੰਦਰ ਬਨਵਾ ਦਿੱਤਾ ਅਤੇ ਉਹਨਾਂ ਨੂੰ ਸਭ ਪ੍ਰਕਾਰ ਦਾ ਦਾਣਾ ਪਾਣੀ ਦੇ ਕੇ ਤ੍ਰਿਪਤ ਕੀਤਾ। ਘਾਹ ਦਾਣੇ ਉਪਰੰਤ ਹੋਰ ਜੋ ਮਿੱਠੇ ਪਦਾਰਥ ਸਨ ਹੱਥ ਜੋੜ ਕੇ ਹਰ ਪ੍ਰਕਾਰ ਸੇਵਾ ਕੀਤੀ। ਸਤਿਗੁਰੂ ਜੀ ਨੂੰ ਆਰਾਮ ਕੀਤੇ ਨੂੰ ਬਹੁਤ ਲੰਮਾ ਸਮਾਂ ਬੀਤ ਗਿਆ ਸੀ। ਨਗਰ ਵਿੱਚ ਸੰਗਤ ਕਿਰਪਾਲੂ ਗੁਰੂ ਜੀ ਬਾਰੇ ਜਦ ਸੁਣਦੇ ਸਨ ਤਾਂ ਜਿੱਥੇ ਕਿੱਥੇ ਇਹ ਵਾਰਤਾ ਪ੍ਰਗਟ ਹੋ ਗਈ ਕਿ ਸਤਿਗੁਰੂ ਤੇਗ ਬਹਾਦਰ ਜੀ ਆਪ ਨਗਰ ਵਿੱਚ ਆਏ ਹਨ। ਜਦ ਸਿੱਖਾਂ ਨੇ ਸੁਣਿਆ ਤਾਂ ਉਹਨਾਂ ਦੇ ਹਿਰਦਿਆਂ ਵਿੱਚ ਅਜਿਹਾ ਆਨੰਦ ਛਾ ਗਿਆ ਕਿ ਉਸਨੂੰ ਕੌਣ ਕਿਸ ਵਿਧੀ ਨਾਲ ਬਿਆਨ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।